the largest ever Punjabi show outside of India. Here for you. Karo enjoy. Chak reo awaaz taan nu. Aaj de ki ho jaan tu ka. ਦੋਸਤੋ ਬੀਤੀ ਦਿਨੀ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਦਾ ਕੈਨੇਡਾ ਦੇ ਵੈਂਕੂਵਰ ਦੇ ਵਿੱਚ ਲਾਈਵ ਸ਼ੋਅ ਹੋਇਆ ਜਿਸ ਦੇ ਵਿੱਚ ਦਿਲਜੀਤ ਦੋਸਾਂਝ ਨੇ ਖੂਬ ਰੌਣਕਾਂ ਲਗਾਈਆਂ ਜਿੱਥੇ ਕਿ ਦਿਲਜੀਤ ਦੇ ਫੈਨਸ ਨੇ ਬਹੁਤ ਮਸਤੀ ਕੀਤੀ ਅਤੇ ਇਸ ਦੌਰਾਨ ਕੁੜੀਆਂ ਨੇ ਸ਼ੋਅ ਦੇ ਵਿੱਚ ਪੰਜਾਬੀ ਸੂਟ ਪਾ ਕੇ ਡਾਂਸ ਕੀਤਾ ਅਤੇ ਮੁੰਡਿਆਂ ਦੇ ਵੀ ਸ਼ੋਅ ਦੇ ਵਿੱਚ ਪੈਰ ਨਹੀਂ ਸਨ ਰੁਕ ਰਹੇ ਮੁੰਡਿਆਂ ਨੇ ਵੀ ਰੱਜ ਕੇ ਭੰਗੜਾ ਪਾਇਆ ਅਤੇ ਬਹੁਤ ਜ਼ਿਆਦਾ ਧਮਾਲ ਕੀਤੀ ਦੋਸਤੋ ਇਸ ਸ਼ੋਅ ਦੀ ਖਾਸ ਗੱਲ ਇਹ ਹੈ ਕਿ ਇਸ ਸ਼ੋਅ ਦੇ ਵਿੱਚ ਪੰਜਾਬੀ ਮੁੰਡੇ ਕੁੜੀਆਂ ਦੇ ਨਾਲ ਨਾਲ ਕੈਨੇਡਾ ਦੇ ਵਸਨੀਕਾਂ ਨੇ ਵੀ ਦਿਲਜੀਤ ਦੇ ਗਾਣਿਆਂ ਦਾ ਬਹੁਤ ਆਨੰਦ ਮਾਣਿਆ ਦੋਸਤੋ ਦੱਸ ਦਈਏ ਕਿ ਦਿਲਜੀਤ ਇੱਕ ਅਜਿਹੇ ਪਹਿਲੇ ਪੰਜਾਬੀ ਕਲਾਕਾਰ ਨੇ ਜਿਨ੍ਹਾਂ ਦੇ ਲਾਈਵ ਸ਼ੋਅ ਦੇ ਵਿੱਚ ਇੰਨੀ ਜ਼ਿਆਦਾ ਭੀੜ ਹੋਈ ਦੱਸ ਦਈਏ ਕਿ ਦਿਲਜੀਤ ਦੇ ਦਿਲੋਂ ਮਨਾਟੀ ਟੂਰ ਦਾ ਇਹ ਪਹਿਲਾ ਸ਼ੋਅ ਜਿਹੜਾ ਕਿ ਕੈਨੇਡਾ ਦੇ ਵੈਂਕੂਵਰ ਦੇ BC ਸਟੇਡੀਅਮ ਦੇ ਵਿੱਚ ਹੋਇਆ ਜਿਸ ਦੇ ਵਿੱਚ 54,000 ਲੋਕਾਂ ਦੀ ਬੈਠਣ ਦੀ ਸਮਰੱਥਾ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਸੀਟਾਂ ਆਲਰੇਡੀ ਬੁੱਕ ਹੋ ਚੁੱਕੀਆਂ ਸਨ ਕਿਉਂਕਿ ਦਿਲਜੀਤ ਦੇ ਫੈਨਸ ਉਸਦੇ ਲਾਈਵ ਸ਼ੋਅ ਨੂੰ ਲੈ ਕੇ ਕਾਫੀ ਜ਼ਿਆਦਾ ਐਕਸਾਈਟਿਡ ਸਨ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਖੂਬ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਚਾਹੇ ਅਨੰਤ ਅੰਬਾਨੀ ਦੀ ਪ੍ਰੀ ਵੈਡਿੰਗ ਦਾ ਸਮਾਰੋਹ ਹੋਵੇ ਜਾਂ ਉਹਨਾਂ ਦੀ ਆਈ ਹੋਈ ਨਵੀਂ ਫਿਲਮ ਅਮਰ ਸਿੰਘ ਚਮਕੀਲਾ ਵੀਡੀਓ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਦਿਲਜੀਤ ਆਪਣੇ ਫੈਨਸ ਦਾ ਖੂਬ ਮਨੋਰੰਜਨ ਕਰ ਰਹੇ ਹਨ ਇਸ ਕੰਸਰਟ ਦੇ ਵਿੱਚ ਦਿਲਜੀਤ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਵੀ ਦਿਖਾਈ ਦਿੱਤੇ ਜਾਣਕਾਰੀ ਲਈ ਤੁਹਾਨੂੰ ਇਹ ਵੀ ਦੱਸ ਦਈਏ ਕਿ ਦਿਲਜੀਤ ਦੋਸਾਂਝ ਨੀਰੂ ਬਾਜਵਾ ਨਾਲ ਬਹੁਤ ਜਲਦ ਇੱਕ ਫਿਲਮ ਦੇ ਵਿੱਚ ਸਾਨੂੰ ਸਭ ਨੂੰ ਦਿਖਾਈ ਦੇਣਗੇ ਬਾਕੀ ਅਜਿਹੀਆਂ ਮਨੋਰੰਜਨ ਭਰੀਆਂ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਚੜ੍ਹਦੀ ਕਲਾ ਟਾਈਮ TV ਪ੍ਰਾਈਮ